ਆਈ ਹੋਪ ਗਾਇਸ ਸਾਰੇ ਘੈਂਟ ਹੋ ਅਤੇ ਵੈਲਕਮ ਬੈਕ ਗਾਇਸ ਟੂ ਦਾ ਵਲੋਗ। ਅਤੇ ਬਾਕੀ ਇਹ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਗਿਆ ਹੋਣਾ ਘਰ ਦੇ ਵਲੋਗ 'ਚ ਭਾਈ ਕੀ ਹੋਣੇ ਵਾਲਾ। ਤਾਂ ਬਈ ਅੱਜ ਆਪਣੇ ਕੋਲ ਪਹੁੰਚਿਆ ਹੋਇਆ ਮਹਿੰਦਰਾ ਯੋਵਰ ਟਰੈਕਟਰ, ਅਤੇ ਇਹਦੇ ਵੀ ਆਪਾਂ ਫਰੰਟ ਦੇ ਵਿੱਚ ਮੋਡੀਫਾਈ ਕੀਤਾ, ਇਹਦੇ ਲਾਇਆ ਫਰੰਟ ਬੈਂਪਰ। ਜਿਹੜੇ ਵੀਰ ਆਪਣਾ ਜੁੜੇ ਹੋਏ ਨੇ ਉਹਨੂੰ ਪਿਛਲੀ ਵੀਡੀਓ ਦੇਖਿਆ ਜੀ ਨਾ ਵੀਰਾਂ ਨੇ, ਉਹਨਾਂ ਨੂੰ ਪਤਾ ਹੋਊ ਬਈ ਇਹਦੇ ਆਪਾਂ ਬੈਂਪਰ ਲਾਉਣਾ ਸੀ। ਜਿਹੜਾ ਆਪਣੇ ਕੋਲ ਪਹਿਲਾਂ ਆਇਆ ਸੀ ਉਹਦੇ ਫਰੰਟ ਵੇਟ ਲਾ ਕੇ ਆਪਾਂ ਤੋਰਤਾ, ਅਤੇ ਉਹਦੀ ਵੀਡੀਓ ਵੀ ਅਪਲੋਡ ਕਰ ਚੁੱਕੇ ਹਾਂ, ਅਤੇ ਤੁਸੀਂ ਉਹਨੂੰ ਇੱਕ ਵਾਰ ਜਰਾ ਕੇ ਜ਼ਰੂਰ ਚੈੱਕਆਊਟ ਕਰੋ ਯੂਟਿਊਬ ਚੈਨਲ 'ਤੇ ਆਪਣੇ 'ਤੇ। ਅਤੇ ਜਿਹੜੇ ਵੀਰ ਨਵੇਂ ਨੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ। ਅਤੇ ਬਾਕੀ ਤੁਹਾਨੂੰ ਅੱਜ ਇਹਦੀ ਫਰੰਟ ਬੈਂਪਰ ਦੀ ਹੀ ਡਿਟੇਲ ਦੇਵਾਂਗੇ। ਫਸਟ ਆਫ ਆਲ ਪੂਰਾ ਟਰੈਕਟਰ ਦੀ ਲੁੱਕ ਚੈੱਕ ਕਰ ਲਓ, ਕੁਛ ਇੱਦਾਂ ਦੀ ਆ ਰਹੀ ਆ। ਅਤੇ ਬਾਈ ਆਹ ਕਰੋ ਚੈੱਕ, ਆਪਾਂ ਲਾਈਟਾਂ ਲੁਟਾਂ ਲਾ ਦੀਆਂ ਵੀ ਫਰੰਟ ਬੈਂਪਰ 'ਤੇ ਵਧੀਆ ਫੋਕਸ ਬਣ ਚੁੱਕੇ। ਤੁਸੀਂ ਇੱਕ ਵਾਰ ਇਹਦੀ ਪੂਰੀ ਲੁੱਕ ਚੈੱਕ ਕਰ ਲਓ, ਕੁਛ ਇੱਦਾਂ ਨਹੀਂ ਨਿਕਲ ਗਈ ਆ ਟਰੈਕਟਰ ਦੀ ਪੂਰੀ ਲੁੱਕ ਬਾਈ। ਅਤੇ ਜਿਹੜਾ ਇਹਦੇ ਆਪਾਂ ਬੈਂਪਰ ਲਾਇਆ ਬਾਈ ਫੁੱਲ ਹੈਵੀ ਦੇ ਵਿੱਚ ਲਾਇਆ, ਬਾਈ ਉਹਨਾਂ ਦੀ ਡਿਮਾਂਡ ਸੀਗੀ 1 ਕੁਇੰਟਲ ਪਲੱਸ ਦੀ, ਤਾਂ ਇਹਨੂੰ ਆਪਾਂ 1 ਕੁਇੰਟਲ ਪਲੱਸ ਦਾ ਹੀ ਕਰਿਆ। ਇਹਦਾ ਪੂਰਾ ਵਜ਼ਨ ਨਿਕਲਿਆ ਬਈ 1 ਕੁਇੰਟਲ 20 ਕਿਲੋ ਇਹਦਾ ਪੂਰਾ ਵਜ਼ਨ। ਜੇ ਕਿਸੇ ਮੇਰੇ ਵੀਰ ਨੇ ਇਹਤੋਂ ਵੱਧ ਚਾਹੀਦਾ ਨਾ ਵਜ਼ਨ ਤਾਂ ਵੱਧ ਹੀ ਮਿਲ ਜੂ, ਜੇ ਘੱਟ ਚਾਹੀਦਾ ਤਾਂ ਘੱਟ ਹੀ ਮਿਲ ਜੂਗਾ। ਬਾਕੀ ਇੱਕ ਨਹੀਂ ਹੈਗਾ ਬਈ ਇਹ ਜਿਵੇਂ ਚੱਕ ਕੇ ਸਿੱਧਾ ਫਿੱਟ ਆ, ਉਹ ਜੋੜ ਪਏ ਹੋਏ ਨੇ, ਤੁਸੀਂ ਆਪ ਹੀ ਚੈੱਕ ਕਰੋ। ਫਸਟ ਆਫ ਆਲ ਜਿਹੜੀ ਫਰੰਟ ਏਰੇ ਪਲੇਟ ਲਾਈ ਆ ਫੁੱਲ ਹੈਵੀ ਦੇ ਵਿੱਚ, ਤੁਸੀਂ ਚੈੱਕ ਕਰੋ। ਅਤੇ ਇੱਕ ਨੇ ਆ ਵੀ ਪਿੱਛੋਂ ਵੀ ਉਰੀ ਲਾ ਤਾ ਜਿਵੇਂ, ਬਾਕੀ ਤੁਸੀਂ ਲੇਜ਼ਰ ਕਟਿੰਗ ਦੇ ਵਿੱਚ ਪੂਰੀ ਪਲੇਟਸ ਨੇ ਬੈਕ ਸਾਈਡ ਤੋਂ ਲੈ ਕੇ ਫਰੰਟ ਤੱਕ ਲੇਜ਼ਰ ਕਟਿੰਗ ਦੇ ਵਿੱਚ ਪਲੇਟ ਲਾਈ ਆ ਬਾਈ। ਐਂ ਨਹੀਂ ਹੈਗਾ ਵੀ ਉਰੀ ਫਿੱਟ ਕਰਤਾ ਜਾਂ ਉਰੀ 4 ਨਟਾਂ ਦੇ ਖੜਾਤਾ, ਕਿਉਂਕਿ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਪ੍ਰੋਪਰ ਲੁੱਕ ਦੇ ਵਿੱਚ ਆਪਾਂ ਇਹਨੂੰ ਫਿੱਟ ਕੀਤਾ, ਕਿਉਂਕਿ ਇੱਕ ਵਧੀਆ ਲੁੱਕ ਦੇਵੇ ਇਹ। ਜਿਹੜੇ ਹੁਣ ਵਾਲੇ ਯੋਵੋ ਆ ਰਹੇ ਨੇ ਉਹਨੂੰ ਇੱਦਾਂ ਦੇ ਹੀ ਬੈਂਪਰ ਲੱਗਦੇ ਨੇ, ਅਤੇ ਸਭ ਤੋਂ ਵੱਧ ਟ੍ਰੈਂਡਿੰਗ ਦੇ ਵਿੱਚ ਇਹੀ ਬੈਂਪਰ ਆ ਬਾਈ। ਬਾਕੀ ਤੁਸੀਂ ਕਰੋ ਚੈੱਕ ਦੇਖ ਸਕਦੇ ਹੋ ਜਿਵੇਂ ਇੱਕ ਪੂਲ ਪ੍ਰੋਪਰ ਲੁੱਕ ਦੇ ਰਿਹਾ ਇਹ। ਅਤੇ ਬਾਈ ਇਹ ਪੂਰਾ ਪਲੇਟਡ ਬੈਂਪਰ ਆ, ਬੈਕ ਸਾਈਡ ਤੋਂ ਲੈ ਕੇ ਫਰੰਟ ਤੱਕ ਇਹਦੇ ਲੇਜ਼ਰ ਕਟਿੰਗ ਦੇ ਵਿੱਚ ਪਲੇਟਸ ਲੱਗੀਆਂ ਨੇ, ਅਤੇ 3 ਨਟ ਇੱਧਰ 4 ਨਟ ਸੈਂਟਰ ਦੇ ਵਿੱਚ, ਅਤੇ 3 ਨਟ ਉੱਧਰ ਨੇ ਇਹਦੇ ਸੇਮ ਆ ਬਾਈ। ਇੱਕ ਨੇ ਫਿਟਿੰਗ ਇਹਦੀ ਤੁਸੀਂ ਚੈੱਕ ਕਰ ਸਕਦੇ ਹੋ, ਬੈਂਪਰ ਫੁੱਲ ਤੁਸੀਂ ਚੈੱਕ ਕਰੋ, ਇੱਕ ਸ਼ੋਅ ਦੇ ਲੈਵਲ 'ਚ ਆ ਬੈਂਪਰ। ਜਿਵੇਂ ਕਿ ਹੁਣ ਇਹਦੀ ਆਪਾਂ ਸ਼ੋਅ ਖੋਲੀਏ, ਕਈ ਵੀਰਾਂ ਨੂੰ ਇੱਕਣ ਹੁੰਦਾ ਵੀ ਸ਼ੋਅ ਲੱਗਦੀ ਆ ਫਰੰਟ ਬੈਂਪਰ ਨਾਲ ਜਾਂ ਨਹੀਂ, ਤਦੋਂ ਤਾਂ ਜੇ ਆਪਣੀ ਸ਼ੋਅ ਲੱਗਦੀ ਆ ਡੈਮੇਜ ਹੋਊਗੀ ਨਵਾਂ ਟਰੈਕਟਰ ਆ। ਤਾਂ ਬਈ ਜਿਹੜਾ ਆਪਾਂ ਪੂਰਾ ਇਹ ਚੀਜ਼ ਵੱਲ ਧਿਆਨ ਦਿੱਤਾ ਹੋਇਆ, ਜਿਹੜੀ ਆਪਾਂ ਸ਼ੋਅ ਖੋਲੀਏ ਤਾਂ ਸ਼ੋਅ ਫਰੰਟ ਬੈਂਪਰ ਨਾਲ ਬਿਲਕੁਲ ਵੀ ਨਹੀਂ ਲੱਗਦੀ, ਕਿਉਂਕਿ ਬਾਈ ਇਹ ਆਪਾਂ ਉਸ ਤਰ੍ਹਾਂ ਦੀ ਡਰਾਇੰਗ ਕੀਤੀ ਹੈ ਇਹਦੀ ਕਿ ਜੇ ਸ਼ੋਅ ਖੋਲੀਏ ਤਾਂ ਸ਼ੋਅ ਜੇ ਫਰੰਟ ਬੈਂਪਰ ਨਾਲ ਲੱਗੇ ਤਾਂ ਉਹ ਕਾਫੀ ਜ਼ਿਆਦਾ ਡੈਮੇਜ ਹੋ ਸਕਦੀ ਹੈ ਅਤੇ ਨਵਾਂ ਟਰੈਕਟਰ ਦਾ ਨੁਕਸਾਨ ਹੋ ਸਕਦਾ, ਤਾਂ ਉਹ ਚੀਜ਼ ਦਾ ਵੀ ਸਪੈਸ਼ਲ ਧਿਆਨ ਦਿੱਤਾ। ਅਤੇ ਬਾਕੀ ਕਰੋ ਟਰੈਕਟਰ ਦੀ ਲੁੱਕ ਚੈੱਕ। ਅਤੇ ਬਾਈ ਜੇ ਕਿਸੇ ਵੀਰ ਨੇ ਜਿਵੇਂ ਫਰੰਟ ਬੈਂਪਰ ਨਹੀਂ ਲਵਾਉਣਾ, ਉਹਨੂੰ ਹੋਰ ਵਜ਼ਨ ਚਾਹੀਦਾ ਵੀ 3.5, 4.5.5, ਤਾਂ ਵੀ ਉਹ ਫਰੰਟ ਵੇਟਸ ਲਵਾ ਸਕਦਾ, ਠੀਕ ਆ, ਉਹ ਵੀ ਆਪਾਂ ਰੈਡੀ ਕਰਦੇ ਹਾਂ। ਆਪਾਂ ਆਲ ਮੋਡੀਫਿਕੇਸ਼ਨ ਕਰਦੇ ਹਾਂ ਟਰੈਕਟਰ ਨੂੰ ਬਾਈ, ਜਿਵੇਂ ਕਿ ਇਹਦੇ ਫਰੰਟ ਬੈਂਪਰ ਲਾਇਆ, ਜਿਵੇਂ ਬੈਕ ਸਾਈਡ 'ਤੇ ਤੁਸੀਂ ਸਪਿਨਿੰਗ ਵੀਲਸ ਲਵਾ ਸਕਦੇ ਹੋ, ਫਿਕਸ ਵੇਟਸ ਲਵਾ ਸਕਦੇ ਹੋ, ਅਤੇ ਫਾਈਬਰ ਸਾਰੇ ਤਰ੍ਹਾਂ ਦੀ ਲਵਾ ਸਕਦੇ ਹੋ ਬਾਈ, ਇੰਡੀਕੇਟਰ ਵਾਲੀ ਚੌਰਸ ਜਿੱਦਾਂ ਦੀ ਤੁਹਾਡੀ ਡਿਮਾਂਡ ਆ। ਜਿਹੜੀ ਹੁਣ ਇਹਦੇ ਉੱਤੇ ਸਭ ਤੋਂ ਵੱਧ ਜੱਚ ਰਹੀ ਆ ਸ਼ੇ ਫਾਈਬਰ, ਜਿਹੜੀ ਬੰਦੇ ਆਪਣੇ ਕੋਲ ਵੱਧ ਲਵਾ ਰਹੇ ਨੇ ਉਹ ਸਿੰਪਲ ਅਤੇ ਨਿਊ ਹੋਲਨ ਟਾਈਪ ਜ਼ਿਆਦਾ ਲਵਾ ਰਹੇ ਨੇ ਬਾਈ। ਅਤੇ ਬਾਕੀ ਇਹ ਇੰਡੀਕੇਟਰ ਵਾਲੇ ਬਾਈ ਉਹਨਾਂ ਨੇ ਲਵਾਈ ਹੋਈ ਆ, ਤੁਸੀਂ ਕਰੋ ਚੈੱਕ। ਅਤੇ ਬਾਈ ਇੱਕ ਨਹੀਂ ਹੈਗਾ ਬਈ ਜਿਵੇਂ ਆਪਾਂ ਫਾਈਬਰ ਲਾਤੀ ਉਹ ਤੜਕੂਗੀ ਜਾਂ ਉਹ ਤੜਕ ਤੜਕ ਕੇ ਮਗਰਾੜ ਤੋੜ ਦੁੱਕ, ਤਾਂ ਬਈ ਉਹ ਚੀਜ਼ ਫੁੱਲ ਗਰੰਟੀ ਆ। ਤੁਸੀਂ ਆਪਣੇ ਯੂਟਿਊਬ ਚੈਨਲ 'ਤੇ ਜਾ ਕੇ ਵਿਜ਼ਿਟ ਆਊਟ ਕਰੋ ਇੱਕ ਵਾਰੀ ਯੂਟਿਊਬ ਚੈਨਲ 'ਤੇ, ਅਤੇ ਵੀਡੀਓ ਚੈੱਕਆਊਟ ਕਰੋ, ਸਾਰੀਆਂ ਵੀਡੀਓਜ਼ ਅਵੇਲੇਬਲ ਨੇ ਬਾਈ। ਫਰੰਟ ਬੈਂਪਰ ਹੋ ਗਿਆ ਜਿਵੇਂ ਇਹਦੇ ਲਾਇਆ ਫੇਟਸ,
ਤੇ ਵੇਟਸ ਕਿੰਨੇ ਤਰ੍ਹਾਂ ਦੇ ਲਾਉਂਦੇ ਹਾਂ ਅਤੇ ਉਹ ਵੀ ਆ ਸਾਰਾ ਅਵੇਲੇਬਲ ਨੇ। ਇੱਕ ਕਿੰਨੇ ਕੁ ਵੀ ਇੱਕ ਸਟਾਈਲ ਦੇ ਵਿੱਚ ਲੱਗਦੇ ਨੇ ਵੇਟਸ, ਕਾਫੀ ਡਿਫਰੈਂਟ ਡਿਫਰੈਂਟ ਸਟਾਈਲ ਦੇ ਵਿੱਚ ਲੱਗਦੇ ਨੇ ਵੇਟਸ, ਅਤੇ ਸਾਰੀ ਆਪਣੀ ਡਰਾਇੰਗ ਆ, ਕਿਸੇ ਦੀ ਕਾਪੀ ਨਹੀਂ ਹੈ ਕਿ ਬਈ ਮਾਇੰਡ ਜਿਹੜਾ ਸਾਰਾ ਆਪਾਂ ਤਿਆਰ ਕੀਤਾ ਹੋਇਆ ਕੰਮ ਹੈ। ਲੇਜ਼ਰ ਕਟਿੰਗ ਦੇ ਵਿੱਚ ਸਾਰੀ ਪਲੇਟਸ ਲਾਉਂਦੇ ਹਾਂ, ਫਰੰਟ ਮੈਂਬਰ ਦੀਆਂ ਵੀ ਅਤੇ ਫਰੰਟ ਵੇਟਸ ਦੀਆਂ ਵੀ। ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਆਊਟ ਕਰੋ ਚੈਨਲ ਦੇ ਉੱਤੇ ਅਤੇ ਚੈੱਕਆਊਟ ਕਰੋ, ਅਤੇ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਇੱਦਾਂ ਹੀ ਇਹ ਟਰੈਕਟਰ ਦੀ ਲੁੱਕ ਕਿੱਦਾਂ ਦੀ ਲੱਗ ਰਹੀ ਹੈ ਤੁਹਾਨੂੰ, ਅਤੇ ਬਾਕੀ ਜਿਹੜੇ ਮੇਰੇ ਵੀ ਨਵੇਂ ਨਵੇਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਅਤੇ ਬਾਕੀ ਚੈੱਕਆਊਟ ਕਰੋ ਇੱਕ ਪੂਰੀ ਪ੍ਰੋਪਰ ਦੇ ਵਿੱਚ ਲੁੱਕ ਦੇ ਰਿਹਾ। ਇੱਕ ਲੜੀ ਚੱਲਦੀ ਹੈ, ਇੱਕ ਲੜੀ ਚੱਲਦੀ ਨਹੀਂ, ਇਹ ਆਪਾਂ ਨਹੀਂ ਲਾਈ ਵੀ, ਅਤੇ ਇਹ ਫਾਈਬਰ ਧੜਕਦੀ ਵੀ ਆ ਤੁਹਾਨੂੰ, ਮੈਨੂੰ ਆਪਾਂ ਸਟਾਰਟ ਕਰਦੇ ਹਾਂ ਤਾਂ ਇਹ ਵਾਈਬ੍ਰੇਟ ਕਰਦੇ ਆ ਕਾਫੀ ਜ਼ਿਆਦਾ। ਬਈ ਕੰਮ ਵਧੀਆ ਕਰਨ ਤੱਕ ਮਤਲਬ ਆ ਸਾਰਾ, ਜੇ ਆਪਾਂ ਪੈਸੇ ਲੈਂਦੇ ਹਾਂ ਤਾਂ ਕੰਮ ਫੁੱਲ ਵਧੀਆ ਕਰਦੇ ਹਾਂ। ਤੁਸੀਂ ਆਪਣੀ ਲੱਗੀ ਫਾਈਬਰ ਵੀ ਦੇਖ ਲਿਓ, ਤੇਰੇ ਕੰਪੈਰੀਜ਼ਨ 'ਚ ਜੇ ਆਪਾਂ ਟਰੈਕਟਰ ਖੜਾ ਦਈਏ, ਤੁਸੀਂ ਆਪ ਹੀ ਆਪਣੀ ਆਈਜ਼ ਨਾਲ ਡਿਫਰੈਂਟ ਚੈੱਕ ਕਰਿਓ ਵੀ ਕਿਹੜੀ ਛਤਰੀ ਜ਼ਿਆਦਾ ਸੋਹਣੀ ਲੱਗਦੀ ਆ। ਅਤੇ ਬਈ ਆਪਾਂ ਫੁੱਲ ਇੱਕ ਪ੍ਰੋਪਰ ਦੇ ਵਿੱਚ ਕੰਮ ਕਰਦੇ ਹਾਂ, ਇੱਕ ਨਹੀਂ ਹੈਗਾ ਬਈ ਜਿਵੇਂ ਆਪਾਂ ਫਿਟਿੰਗ ਕਰਤੀ ਅੱਜ ਤੁਸੀਂ ਚਲੇ ਗਏ ਥੋੜ੍ਹੀ ਛਤਰੀ ਧੜਕਦੇ ਹੋ ਮਗਰਾਟ ਟੁੱਟਦੇ ਨੇ, ਤਾਂ ਬਈ ਉੱਦਾਂ ਦਾ ਕੰਮ ਨਹੀਂ ਹੈਗਾ, ਕੰਮ ਫੁੱਲ ਜੈਨੂਅਨ ਆ। ਤੁਸੀਂ ਆਪਣੇ ਯੂਟਿਊਬ ਚੈਨਲ 'ਤੇ ਜਾ ਕੇ ਚੈੱਕਆਊਟ ਕਰ ਸਕਦੇ ਹੋ, ਅਤੇ ਬਾਈ ਉਹਨਾਂ ਦੇ ਰਿਵਿਊ ਵੀ ਦਿੰਦੇ ਹਾਂ ਆਪਾਂ, ਜਿਹੜੇ ਕਿ ਐਂਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਈ ਉਹਨਾਂ ਦਾ ਰਿਵਿਊ ਵੀ ਬਾਈ ਉਹਨਾਂ ਨੂੰ ਟਰੈਕਟਰ ਕਿੱਦਾਂ ਦਾ ਲੱਗਿਆ ਤਿਆਰ ਹੋਇਆ ਵਾ। ਤੁਸੀਂ ਚੈੱਕਆਊਟ ਕਰੋ, ਅਤੇ ਲੌਂਗ ਟਾਈਮ ਲਈ ਆਪਣੇ ਤਾਂ ਬੰਦੇ ਵਰਤਦੇ ਨੇ, ਕਾਫੀ ਜ਼ਿਆਦਾ ਬੰਦੇ ਆਪਣੇ ਕੋਲ ਆਉਂਦੇ ਨੇ ਜਿਹੜੇ ਪਹਿਲਾਂ ਵੀ ਵੇਟਸ ਲਵਾ ਗਏ ਨੇ ਅਤੇ ਹੁਣ ਵੀ ਵੇਟਸ ਲਾਉਂਦੇ ਨੇ। ਅਤੇ ਬਾਕੀ ਸਭ ਤੋਂ ਜ਼ਿਆਦਾ ਵਿਕਣ ਵਾਲਾ ਟਰੈਕਟਰ ਇਸ ਸਮੇਂ ਦੇ ਵਿੱਚ ਵੀ ਮਹਿੰਦਰਾ ਯੋਗੋ ਹੀ ਆ, ਕਿਉਂਕਿ ਟਰੈਕਟਰ ਦੀ ਕਾਫੀ ਜ਼ਿਆਦਾ ਮਾਰਕੀਟਿੰਗ ਵਧੀ ਹੋਈ ਆ, ਸਾਰੇ ਟਰੈਕਟਰ ਬਾਈ ਇੱਕ ਪਾਸੇ ਕਰਤੇ ਟਰੈਕਟਰ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਆਇਆ। ਅਤੇ ਬਾਈ ਆ ਕਰੋ ਡੇ ਦੇ ਵਿੱਚ ਚੈੱਕ, ਟਰੈਕਟਰ ਦੇ ਲੋਕ ਕੁਛ ਇੱਦਾਂ ਦੀ ਨਿਕਲ ਕੇ ਆਈ ਆ ਪੂਰਾ ਟਰੈਕਟਰ ਦੀ, ਅਤੇ ਫੁੱਲ ਮੋਡੀਫਾਈ ਕਰਤਾ, ਬੈਂਪਰ ਲਾਤਾ ਬਾਈ, ਸਾਰੀ ਆਪਾਂ ਮੋਡੀਫਿਕੇਸ਼ਨ ਕਰਦੇ ਹਾਂ ਫਰੰਟ ਦੇ ਵਿੱਚ, ਫਰੰਟ ਬੈਂਪਰ, ਫਰੰਟ ਵੇਟਸ, ਬੈਕ ਰਾਈਡ ਸਪਿਨਿੰਗ ਵੀਲਸ ਅਤੇ ਫਾਈਬਰ ਹੁੱਡ ਬਾਈ ਆਪਾਂ ਸਾਰੀ ਮੋਡੀਫਿਕੇਸ਼ਨ ਕਰਦੇ ਹਾਂ। ਤੁਸੀਂ ਟਰੈਕਟਰ ਦੀ ਲੁੱਕ ਚੈੱਕ ਕਰੋ, ਕੁਛ ਇੱਦਾਂ ਹੀ ਨਿਕਲ ਕੇ ਆਈ ਆ ਹੁਣ ਬੈਂਪਰ ਲੱਗੇ ਤੋਂ ਬਾਅਦ, ਅਤੇ ਬਾਈ ਪੇਂਟ ਇਹਨੂੰ ਬਲੈਕ ਕੀਤਾ, ਫੁੱਲ ਡਨ ਇਹਦਾ ਹੁਣ ਕੰਮ ਬਾਈ, ਤੁਸੀਂ ਕਰੋ ਚੈੱਕਆਊਟ। ਅਤੇ ਨਾਈਟ ਕਰਕੇ ਥੋੜ੍ਹਾ ਕਲੀਅਰ ਨਹੀਂ ਦਿਖ ਪਾ ਰਹੇ ਤਾਂ ਕਰਕੇ ਬਾਈ ਦਿਨ 'ਚ ਤੁਹਾਨੂੰ ਚੈੱਕਆਊਟ ਕਰਾ ਰਹੇ ਹਾਂ, ਅਤੇ ਬਾਕੀ ਕਮੈਂਟਾਂ ਦੇ ਜ਼ਰੂਰ ਦੱਸੋ ਟਰੈਕਟਰ ਦੀ ਲੁੱਕ ਤੁਹਾਨੂੰ ਕਿੱਦਾਂ ਹੀ ਲੱਗ ਰਹੀ ਆ। ਬਾਈ ਫਰੰਟ ਦੇ ਵਿੱਚ ਕੁਛ ਇੱਦਾਂ ਹੀ ਲੁੱਕ ਦੇ ਰਿਹਾ ਟਰੈਕਟਰ, ਤਾਂ ਆ ਕਰੋ ਚੈੱਕਆਊਟ। ਅਤੇ ਜਿਹੜੇ ਮੇਰੇ ਵੀਰ ਨਵੇਂ ਨਵੇਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਅਤੇ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਬਾਈ ਟਰੈਕਟਰ ਦੀ ਲੁੱਕ ਤੁਹਾਨੂੰ ਕਿੱਦਾਂ ਹੀ ਲੱਗ ਰਹੀ ਆ। ਅਤੇ ਬਾਈ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਹ ਪਲੇਟਡ ਬੈਂਪਰ ਆ, ਬੈਕ ਸਾਈਡ ਤੋਂ ਲੈ ਕੇ ਫਰੰਟ ਤੱਕ ਇਹਦੇ ਲੇਜ਼ਰ ਕਟਿੰਗ ਦੇ ਵਿੱਚ ਪਲੇਟਸ ਨੇ, ਅਤੇ ਪੂਰਾ ਇੱਕ ਲੈਵਲ ਦੇ ਵਿੱਚ ਫਰੰਟ ਬੈਂਪਰ ਆ, ਅਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਵੀ ਇੱਕ ਵਾਰ ਚੈੱਕ ਕਰੋ ਲੇਬਲ, ਇੱਕ ਨਹੀਂ ਉੱਤੇ ਥੱਲੇ ਆ ਪੂਰਾ ਇਕਵਲ ਦੇ ਵਿੱਚ ਇਹਦਾ ਲੇਬਲ ਆ, ਅਤੇ ਆ ਕਰੋ ਚੈੱਕ, 3-8 ਬਾਈ ਉਰੇ ਨੇ ਇਹਦੇ। ਅਤੇ ਬਾਕੀ ਕਰੋ ਟਰੈਕਟਰ ਦੀ ਲੁੱਕ ਚੈੱਕ, ਕੁਛ ਇੱਦਾਂ ਦੀ ਆ ਰਹੀ ਆ ਬਾਈ, ਲੇਜ਼ਰ ਕਟਿੰਗ ਦੇ ਵਿੱਚ ਪਲੇਟਸ ਨੇ, ਅਤੇ ਆ ਕਰੋ ਚੈੱਕ ਬਾਈ, ਇੱਕ ਨਹੀਂ ਪਲੇਟ ਟੇਢੀ ਹੈ ਬੇਂਗੀ ਹੈ, ਇੱਕ ਪੂਰੀ ਫਿਟਿੰਗ ਦੇ ਵਿੱਚ ਇੱਕ ਪਲੇਟ ਆ, ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਫਰੰਟ ਦੇ ਵਿੱਚੋਂ ਵੀ ਚੈੱਕ ਕਰੋ, ਅਤੇ ਬਾਈ ਇਹਦੇ ਥੱਲੇ ਪਕੌੜਾ ਐਡ ਕਰਾਈਏ ਆਪਾਂ ਹੁੱਕ ਬਾਈ ਉਹਨਾਂ ਨੂੰ, ਅਤੇ ਇਹਦੇ ਬਾਈ 4 ਨਟ ਉਰੇ ਨੇ, ਉਹਦੇ ਦਿਖ ਨਹੀਂ ਪਾ ਰਹੇ ਤਾਂ ਸੋਰੀ, ਅਤੇ 3 ਨਟ ਇੱਧਰ ਨੇ। ਅਤੇ ਬਈ ਇੱਕ ਪੂਰਾ ਵਧੀਆ ਫਿਟਿੰਗ ਦੇ ਵਿੱਚ ਬੈਂਪਰ ਆਪਾਂ ਫਿੱਟ ਕੀਤਾ, ਅਤੇ ਹੇਠਾਂ ਇਹਦੀ ਕਰਾਈਆ ਹੁੱਕ ਪ੍ਰੋਵਾਈਡ ਬਾਈ ਉਹਨਾਂ ਨੂੰ, ਅਤੇ ਹੁੱਕ ਵੀ ਫੁੱਲ ਹੈਵੀ 'ਚ ਆ, ਤੁਹਾਨੂੰ ਹੁੱਕ ਵੀ ਆਪਾਂ ਚੈੱਕਆਊਟ ਕਰਾਉਂਦੇ ਹਾਂ। ਅਤੇ ਬਾਈ ਆਹ ਕਰੋ ਚੈੱਕ ਥੱਲੇ ਦੇ ਘਰ, ਰਾਤੀ ਆਪਾਂ ਹੁੱਕ, ਹੁੱਕ ਦੀ ਲੁੱਕ ਕੁਛ ਇੱਦਾਂ ਨਹੀਂ ਨਿਕਲ ਕੇ ਆਈ ਹੈ, ਫੁੱਲ ਹੈਵੀ ਦੇ ਵਿੱਚ ਆ ਬਾਈ, ਇੱਕ ਨੇ ਕਹਿੰਦਾ ਤੁਸੀਂ ਟੋਰਚ ਨੂੰ ਪਾਉਂਦੇ ਟੁੱਟ ਜਾਓ ਤਾਂ ਉਹ ਵੱਲੋਂ ਚੀਜ਼ ਵੱਲੋਂ ਫੁੱਲ ਗਰੰਟੀ ਹੈ ਇਹਦੀ, ਅਤੇ ਬਾਕੀ ਕਰੋ ਚੈੱਕਆਊਟ। ਅਤੇ ਬਾਈ ਇੱਧਰੋਂ ਵੀ ਫੁੱਲ ਅਲਾਈਨਮੈਂਟ ਦੇ ਵਿੱਚ ਆ ਬੈਂਪਰ, ਤੁਸੀਂ ਚੈੱਕਆਊਟ ਕਰ ਸਕਦੇ ਹੋ, ਇੱਕ ਨਹੀਂ ਹੈਗਾ ਵੀ ਟੇਢੀ ਵਿੰਗੀ ਆ, ਤਾਂ ਫੁੱਲ ਇੱਕ ਅਲਾਈਨਮੈਂਟ ਦੇ ਵਿੱਚ ਲੇਜ਼ਰ ਕਟਿੰਗ ਦੇ ਵਿੱਚ ਪਲੇਟਸ ਨੇ, ਪੂਰੀ ਇੱਕ ਵਧੀਆ ਫਿਟਿੰਗ 'ਚ ਆਪਾਂ ਬੈਂਪਰ ਫਿੱਟ ਕੀਤਾ, ਅਤੇ ਬਾਈ ਉਹਨੀ ਪੂਰੇ ਖੁਸ਼ ਨੇ ਕੰਮ ਤੋਂ। ਅਤੇ ਬਾਕੀ ਬਾਈ ਤੁਸੀਂ ਟਰੈਕਟਰੀ ਲੁੱਕ ਚੈੱਕ ਕਰ ਲਈ, ਅਤੇ
ਬਾਕੀ ਆਪਣੀ ਵਰਕਸ਼ਾਪ ਦਾ ਨੇਮ ਹੈਗਾ RAW ਰਹਿਲ ਐਗਰੀ ਵਰਕਸ, ਨੰਬਰ ਹੈਗਾ 9852521031 ਬਾਈ। ਜੇ ਤੁਹਾਨੂੰ ਕੋਈ ਵੀ ਮੋਡੀਫਿਕੇਸ਼ਨ ਚਾਹੀਦੀ ਆ ਟਰੈਕਟਰ ਬਾਈ ਭਾਵ ਮੋਡੀਫਿਕੇਸ਼ਨ ਕਰਦੇ ਤੁਸੀਂ ਇਹ ਨੰਬਰ 'ਤੇ ਕਾਲ ਕਰ ਸਕਦੇ ਹੋ ਅਤੇ ਕਾਲ ਕਰਕੇ ਪੁੱਛ ਸਕਦੇ ਹੋ ਜਿਹੜੀ ਵੀ ਤੁਹਾਨੂੰ ਮੋਡੀਫਿਕੇਸ਼ਨ ਦੀ ਲੋੜ ਆ। ਅਤੇ ਬਾਕੀ ਕਰੋ ਟਰੈਕਟਰ ਦੀ ਫੁੱਲ ਲੁੱਕ ਚੈੱਕ ਅਤੇ ਆਪਾਂ ਸਾਰੀ ਮੋਡੀਫਿਕੇਸ਼ਨ ਕਰਦੇ ਹਾਂ ਬਾਈ ਟਰੈਕਟਰਾਂ ਨੂੰ। ਅਤੇ ਬਾਈ ਆਹ ਸੀ ਅੱਜ ਦੀ ਵੀਡੀਓ ਫਰੰਟ ਮੈਂਬਰ ਦੇ ਉੱਤੇ। ਜੇ ਵੀਡੀਓ ਵਧੀਆ ਲੱਗੀ ਹੋਏ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਕਮੈਂਟ ਦਾ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਤੇ ਬਾਕੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਅਗਲੇ ਵਲੌਗ ਦੇ ਵਿੱਚ। ਤਾਂ ਬਾਏ ਬਾਏ।